तो बाद मरना आ जाना उड़ाई ना। हाँ जी, पर पूरे हो गए, सराट हो गए कबूतर, ऐसा ऐसा तैयार हो गए। ਹੁਣ ਕੱਢਣਾ ਕਿਸ ਤਰ੍ਹਾਂ, ਹੁਣ ਜਾਲ ਤੇ ਲਾਣਾ ਜ਼ਰੀ ਗੱਲ ਹੈ ਯਾਰ, ਜਿਹੜੇ ਤੁਹਾਡੇ ਮਾਲਕ ਨੂੰ ਪਤਾ ਹੋਣਾ ਮੇਰੇ ਕਬੂਤਰਾਂ ਦਾ ਮਿਜ਼ਾਜ ਕੀ ਹੈ। ਅੱਛਾ, ਸਾਰੇ ਕਬੂਤਰ ਵੀ ਪੰਜੇ ਉਂਗਲੀਆਂ ਬਰਾਬਰ ਨੇ, ਸਾਰੇ ਕਬੂਤਰ ਵੀ ਨਾਲ ਨੇ, ਹਰ ਕਬੂਤਰ ਨੇ ਆਪਣੀ ਆਪਣੀ ਸਾਈਕੀ ਹੋਣੀ, ਉਸਨੇ ਆਪਣਾ ਇੱਕ ਮੌਜੂ ਹੋਣਾ, ਸਿਸਟਮ ਹੋਣਾ। ਜਿਹੜੇ ਕਬੂਤਰ ਤੁਹਾਡੇ ਮੂਜ਼ੋਰ ਨੇ, ਮਤਲਬ ਤੁਹਾਨੂੰ ਪਤਾ ਕਿ ਨਾ 6 ਮਹੀਨੇ ਬਾਅਦ ਜਾਲ ਚ ਕੱਢਿਆ ਨਾ ਪੈਰ ਨਹੀਂ ਲਾਇਆ ਤੇ ਗਏ ਉੱਠ ਕੇ ਆਸਮਾਨ। ਹਾਂਜੀ, ਉਹਨਾਂ ਕਬੂਤਰਾਂ ਤੋਂ ਥੋੜ੍ਹਾ ਇਤਿਆਤ ਕਰਨੀ, ਉਹਨਾਂ ਨੂੰ ਬਾਹਰੋਂ ਤਿੰਨ ਤਿੰਨ ਪਰ ਛੋੜ ਕੇ ਦੇ ਅੰਦਰੋਂ, ਉਸਨੇ ਉਹਨਾਂ ਨੇ ਤਿੰਨ ਤਿੰਨ ਚਾਰ ਚਾਰ ਪਰ ਬੰਨ ਦਿਓ, ਫਿਰ ਉਹਨਾਂ ਨੂੰ ਕੱਢੋ, ਦੋ ਚਾਰ ਦਿਨ ਉੱਤੇ ਥੱਲੇ ਆਉਣ, ਗੇੜੇ ਗੂੜੇ ਲਾ ਕੇ ਬਹਿਣ, ਫਿਰ ਉਹਨਾਂ ਨੇ ਪਰ ਖੋਲਣ। ਤੇ ਜਿਹੜੇ ਤੁਹਾਨੂੰ ਪਤਾ ਕਿ ਡੀਜ਼ਲ ਇੰਜਨ ਨੇ, ਇਹਨਾਂ ਨੂੰ ਆਰਾਮ ਨਾਲ ਟਿੱਕੇ ਸਟਾਰਟ ਗੱਡੀਆਂ ਨੇ, ਉਹਨਾਂ ਨੂੰ ਤੁਸੀਂ ਬੇਸ਼ੱਕ ਇਸੇ ਤਰ੍ਹਾਂ ਕੱਢੋ, ਕੱਢੋ ਦਿਨ ਨੇ ਟਾਈਮ, ਧੁੱਪ ਨੇ ਟਾਈਮ, ਅੱਛਾ, ਚਾਹੇ 4 ਘੰਟੇ 5 ਘੰਟੇ ਉਹਨਾਂ ਨੂੰ ਕੱਢੋ ਬਾਹਰ, ਉੱਥੇ ਥੱਲੇ ਆਉਣ, ਜ਼ਰਾ ਆਪਣੇ ਥੱਲੇ ਥੱਲੇ ਫਿਰ ਕੇ ਕੱਸਾ ਬਣਾ, ਔਰ ਇਹਨਾਂ ਨੂੰ ਡੱਕ ਦਿੱਤਾ, ਔਰ ਫਿਰ ਆਸਤਾ ਆਸਤਾ ਇਹਨਾਂ ਨੂੰ ਟਾਈਮ ਸਵੇਰੇ ਲੈ ਕਰੋ। ਜਿਹੜੇ ਤੁਹਾਡੇ 50 ਦਿਨ ਆਉਣਗੇ ਨਾ, ਤੁਸੀਂ ਸਟਾਰਟ 10-12 ਦਿਨ ਇਹਨਾਂ ਨੂੰ ਮਤਲਬ ਲੇਟ ਕੱਢੋਗੇ, ਫਿਰ ਆਹਿਸਤਾ ਆਹਿਸਤਾ ਟਾਈਮ ਪਿੱਛੇ ਲੈ ਕਰਾਓਗੇ, ਆਟੋਮੈਟਿਕਲੀ ਤੁਹਾਡੇ ਕੋਲ ਆਖਰੀ ਟਾਈਮ 10-12-13 ਫਿਰਤਾਂ ਪੱਕੀਆਂ ਆ ਜਾਣਗੀਆਂ। ਪੱਕੀਆਂ ਫਿਰਤਾਂ ਤੁਸੀਂ ਮਾਰੋ, ਖੁਰਾਕ ਇਸਤੇਮਾਲ ਕਰਾਉਣੀ ਅੱਛੀ, ਕਬੂਤਰ ਜਿਸ ਵੇਲੇ ਤੁਸੀਂ ਤੱਕ ਲਓ ਕਿ ਬਣ ਗਿਆ, ਮਤਲਬ ਕਿ ਕਿਸ ਤਰ੍ਹਾਂ ਪਤਾ ਲੱਗੇਗਾ ਕਿ ਕਬੂਤਰ ਬਣ ਗਿਆ। ਹੁਣ ਆਮ ਚੁਕੀ ਨੂੰ ਤੁਸੀਂ ਉਡਾਉਣਾ ਸ਼ੁਰੂ ਕਰੋਗੇ ਨਾ ਪੱਕੀਆਂ, ਕਬੂਤਰ ਚਰਬੀ ਮਾਰ ਸਣ, ਅੱਛਾ ਠੀਕ ਹੈ, ਪਿੱਛੋਂ ਚੋਏ ਆ ਸਣ, ਅੱਛਾ ਜਿਸ ਵੇਲੇ ਕਬੂਤਰ ਚੋਏ ਔਰ ਕਬੂਤਰ ਨੂੰ ਉਸ ਤੋਂ ਬਾਅਦ ਜਿਹੜਾ ਨਾ ਤੁਸੀਂ ਸਵੇਰੇ ਪਾਣੀ ਦੇ ਕੇ ਉਡਾਉਣਾ ਸ਼ੁਰੂ ਕਰਨਾ, ਠੀਕ ਹੈ, ਉਹ ਪਾਣੀ ਦੇ ਕੇ ਤੁਸੀਂ ਮਤਲਬ ਉਡਾਉਣ ਤੋਂ ਪਹਿਲਾਂ ਤੁਸੀਂ 5 cc ਪਾਣੀ ਤੋਂ ਸ਼ੁਰੂ ਕਰ ਲਓ, ਠੀਕ ਹੈ, ਔਰ ਆਹਿਸਤਾ ਆਹਿਸਤਾ ਉਸ ਪਾਣੀ ਨੂੰ 10-15 cc, 20 cc ਤੱਕ ਲੈ ਜਾਓ। ਗਰਮੀ 'ਚ ਮੈਂ ਮਤਲਬ ਕਿ 35 cc ਤੱਕ ਵੀ ਲੈ ਕੇ ਜਾਣਾ ਸਵੇਰੇ ਉਡਾਉਣ ਤੋਂ ਪਹਿਲੇ ਪਾਣੀ ਦੇ, ਅੱਛਾ 35 cc ਤੱਕ, 30 cc, 35 cc ਨੋਰਮਲ, ਪਰ ਅਸੂ ਵਿੱਚ ਤੁਸੀਂ 15-20 cc ਤੱਕ ਇਹਨਾਂ ਕਬੂਤਰਾਂ ਨੂੰ ਆਦਿ ਕਰ ਲਓ ਕਿ ਬਈ ਸਵੇਰੇ ਉਡਾਉਗੇ, ਉਡਾਉਣ ਤੋਂ ਪਹਿਲੇ ਤੁਸੀਂ ਇਹਨਾਂ ਨੂੰ ਪਾਣੀ ਦੇ ਕੇ ਛੋੜਨਾ, ਔਰ ਜਿਸ ਵੇਲੇ ਕਬੂਤਰ ਚਰਬੀਆਂ ਮਾਰ ਲੈਣ ਇਹਨਾਂ ਨੂੰ ਸਵੇਰੇ ਪਾਣੀ ਸ਼ੁਰੂ ਕਰ ਦੇਣਾ। ਕਬੂਤਰ ਉੱਡ ਕਰ ਆਏ, ਜਿਸ ਵੇਲੇ ਕਬੂਤਰ ਉੱਡ ਕਰ ਆਏ ਤਾਂ ਲੋਕ ਨੋਕਾਂ ਲਵਾਉਂਦੇ ਨੇ, ਮਤਲਬ ਪਿਆਲੇ ਨਾਲ, ਪਿਆਲੇ ਥੋੜ੍ਹਾ ਪਾਣੀ ਪਾ ਕੇ ਨਾ ਉਸਨੂੰ ਥੋੜ੍ਹਾ 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 ਥੋੜ੍ਹਾ, ਅਸੀਂ ਇਸ ਤਰ੍ਹਾਂ ਨਹੀਂ ਕਰਦੇ। ਅੱਛਾ, ਸਾਡਾ ਪ੍ਰੋਸੈਸ ਹੈ ਵੀ ਕਬੂਤਰ ਆ ਕੇ ਬਹਿ ਗਿਆ ਜਾਲ ਦੇ, ਪੱਕੀ ਫਿਰਤ ਖਾ ਕੇ ਆ ਕੇ ਬਹਿ ਗਿਆ ਜੀ, ਅਤੇ ਉਸਨੂੰ ਅਸਾਂ ਅੰਦਰ ਕਰ ਦੇਣਾ ਖੁੱਡੇ ਨੇ, ਖੁੱਡੇ ਨੂੰ ਕਰਾ ਦਾ ਪਹਿਲਾਂ ਨੋਰਮਲ ਅੰਦਰ ਬਹਿ ਗਿਆ ਆਪਣੇ ਨੋਰਮਲ ਰੂਟੀਨ ਦੇ ਮੁਤਾਬਿਕ ਜੀ, ਅਤੇ ਉਸਨੂੰ 15-20 ਮਿੰਟ ਉਸਨੂੰ ਅਸੀਂ ਛਾਵਾਂ 'ਚ ਰੈਸਟ ਦੇਣਾ, ਠੀਕ, ਛਾਂ ਨੇ ਅੱਛੀ ਜਗ੍ਹਾ ਰੈਸਟ ਦੇਣਾ, ਅੱਛਾ ਕਬੂਤਰ ਆਰਾਮ ਨਾਲ ਸਾਡਾ ਬਾਡੀ ਟੈਂਪਰੇਚਰ ਨੂੰ ਨੋਰਮਲ ਕਰ ਲਿਆ, ਬਿਲਕੁਲ ਰਿਲੈਕਸ ਹੋ ਗਿਆ, ਉਸ ਤੋਂ ਬਾਅਦ ਉਸ ਸਾਹਮਣੇ ਪਾਣੀ ਰੱਖਣਾ ਜਿਤਨਾ ਦਿਲ ਕਰੇ ਪੀਏ, ਅੱਛਾ ਨੋਕ ਨਹੀਂ ਲਵਾਉਣੀ, ਮਤਲਬ ਖੁੱਲ ਕੇ ਪੀਏ, ਖੁੱਲ ਕੇ ਪੀਏ, ਹਾਂ ਠੀਕ ਹੈ ਜੀ, ਖੁੱਲ ਕੇ ਪੀਵੇ, ਅਗਰ ਉਸ ਪਾਣੀ ਦੇ ਅੰਦਰ ਤੁਸੀਂ ਥੋੜ੍ਹਾ ਜਿਹਾ ਕਰਕੇ ਗੁਲਾਬ ਪਾ ਲਓ, ਅੱਛਾ ਠੀਕ ਹੈ, ਉਸ ਨਾਲ ਫਾਇਦਾ ਹੋਏਗਾ ਕਿ ਤੁਹਾਡੇ ਕਬੂਤਰ ਨੇ ਅੰਦਰ ਸੁੱਜਣਾ ਅਤੇ ਵਰਮ ਪੈਦਾ ਹੋਣਾ ਖੱਛਾਂ ਨੂੰ, ਅੱਛਾ ਹਾਂ ਜਿਹੜਾ ਸੁੱਜਣ ਦਾ ਕਬੂਤਰ ਦੇ ਸੁੱਜਣ ਹੈ, ਅਸੂ ਹੀ ਚੀਜ਼ ਜ਼ਿਆਦਾ ਸੁੱਜਣਾ ਨਹੀਂ ਜ਼ਰੂਰਤ, ਬਿਲਕੁਲ ਥੱਲੋਂ ਵਰਮ ਆ ਜਾ, ਵਰਮ ਆ ਜਾ, ਅਤੇ ਇਸ ਨੇ ਅਰਕੇ ਗੁਲਾਬ ਪਾਓਗੇ ਤਾਂ ਇਨ ਸ਼ਾ ਅੱਲਾ ਇਸ ਨਾਲ ਵਰਮਾਂ ਦੀ ਟੈਨਸ਼ਨ ਨਹੀਂ ਰਹੇਗੀ, ਕਬੂਤਰ ਉੱਡ ਕਰਾਏ ਉਸਨੂੰ ਉਹ ਵਾਲਾ ਲੋ ਪਾਣੀ ਪਿਲਾਓ, ਮਿੱਟੀ ਦੇ ਬਰਤਨ ਵਿੱਚ ਪਿਲਾ ਦਿਓ ਜਾਂ ਪਲਾਸਟਿਕ ਦੀ ਬੋਤਲ ਵਿੱਚ ਤੁਸੀਂ ਮਿਕਸ ਕਰਕੇ ਰੱਖ ਲਓ, ਉਹ ਪਿਲਾਓ, ਔਰ ਉਸ ਤੋਂ ਬਾਅਦ ਕਬੂਤਰ ਜਿਸ ਵੇਲੇ ਪਾਣੀ ਚਲਾ ਲਵੇ, ਠੀਕ ਹੈ, ਕਈਆਂ ਬੰਦਿਆਂ ਆਪਣੇ ਕਬੂਤਰਾਂ ਦੀ ਵਾਸ਼ ਕਰਕੇ ਰੋਟੀਨ ਬਣਾਈ ਹੁੰਦੀ ਹੈ, ਅਸੀਂ ਗਰਮੀਆਂ 'ਚ ਜ਼ਰਾ ਕੰਮ ਕਰਦੇ ਹਾਂ ਕਿ ਗਰਮੀਆਂ ਦੀ ਕਬੂਤਰਬਾਜ਼ੀ, ਅਸੀਂ ਕਬੂਤਰ ਉੱਡ ਕਰਾਏ ਜਿਹੜਾ ਪਹਿਲਾਂ ਪਾਣੀ ਤੋੜ ਲਏਗਾ ਨਾ, ਅਤੇ ਜਾਂ ਪਹਿਲਾਂ ਪਾਣੀ ਅਸੀਂ ਜਿਸ ਵੇਲੇ ਦੇ ਪੀ ਲੈਣਾ ਕਬੂਤਰ, ਉਸ ਤੋਂ 5-7 ਮਿੰਟ ਬਾਅਦ ਅਸੀਂ ਉਸਨੂੰ ਵਾਸ਼ ਕਰਕੇ ਅਤੇ ਫਿਰ ਮੋੜ ਲਾ ਦਿੰਦੇ, ਅੱਛਾ ਮੋੜ ਮੋੜ ਮਤਲਬ ਅਸੀਂ ਵਾਪਸੀ ਕਬੂਤਰ ਨੂੰ, ਅੱਛਾ ਸੰਭਾਲ ਜਿਹਨੂੰ ਸੰਭਾਲ ਵਾਸਤੇ, ਬਿਲਕੁਲ ਬਿਲਕੁਲ, ਐਨਰਜੀ ਰਿਕਵਰੀ ਗੱਲ ਕਬੂਤਰ ਅਸੂ ਨੇ, ਅੱਛਾ ਅਸੂ ਨੇ ਅੰਦਰ ਮਤਲਬ ਅਸੀਂ ਵਾਸ਼ ਨਹੀਂ ਕਰਨੇ ਆਪਣਾ, ਅੱਛਾ ਠੀਕ ਹੈ, ਕਬੂਤਰ ਉੱਡ ਕਰਾਇਆ ਉਹ ਪਹਿਲਾਂ ਪਾਣੀ ਸਟੋਰ ਲਿੱਤਾ ਆਪਣਾ, ਠੀਕ ਹੈ, ਕਬੂਤਰ ਪਾਣੀ ਤੋਰ ਗਿਆ ਉਸਨੂੰ ਉੱਤੋਂ ਖੁਰਾਕ ਪਾ ਦਿਓ, ਸਹੀ, ਕੋਸ਼ਿਸ਼ ਕਰੋ ਕਬੂਤਰਾਂ ਨੂੰ ਗੋਲੀਆਂ ਬਣਾ ਕੇ ਜ਼ਬਰਦਸਤੀ ਨਾ ਦਿਓ, ਖੁਰਾਕ ਤੁਹਾਡੇ ਕੋਲ ਤਿਆਰ ਹੋਵੇ, ਨਿੱਕੀ ਨਿੱਕੀ ਗੋਲੀਆਂ ਬਣਾਈਆਂ ਹੋਣ, ਕਬੂਤਰ ਉਸਨੇ ਆਦੀ ਹੋਣ, ਤੁਸੀਂ ਖੁਰਾਕ ਪਾਓ, ਕਬੂਤਰ ਆਉਣ ਖੁਰਾਕ ਖਾਣ, ਬਿਲਕੁਲ, ਮੈਂ ਵੇਖਿਆ ਕਈ ਲੋਕਾਂ ਨੇ ਟ੍ਰੇਨ ਕੀਤਾ ਹੁੰਦਾ ਉਹ ਆਪੇ ਖਾਂਦੇ ਨੇ, ਹੱਥਾਂ 'ਚ ਪਕੜੇ ਹੋਏ ਤੇ ਉਹ ਇਤਨਾ ਭੁੱਖਾ ਹੁੰਦਾ ਕਿ ਉਹ ਤੁਹਾਡੇ ਹੱਥ 'ਚ ਖਾ ਜਾਂਦਾ, ਤੇ ਕਈ ਹੁੰਦੇ ਨੇ ਪੂਰੀ ਪੂਰੀ ਗੋਲੀਆਂ ਉਹ ਬਿਲਕੁਲ ਜ਼ਬਰਦਸਤੀ ਅੰਦਰ ਲਾ ਰਹੇ ਨੇ, ਉਹ ਆਈਡੀਆ ਵੀ ਨਹੀਂ ਹੁੰਦਾ ਕਿ ਭੁੱਖ ਕਿਤਨੀ ਹੈ, ਉਹਨੂੰ ਕਿਤਨੀ ਚਾਹੀਦੀ ਨੇ, ਤੁਹਾਡੀ ਤਬੀਅਤ 2 ਰੋਟੀਆਂ ਨਹੀਂ, ਮੈਂ ਤੁਹਾਡੇ ਨਾਲ ਬਰਸਸ 6 ਇੰਜੈਕਟ ਕਰ, ਹਾਂ ਉਹ ਫਿਰ ਜ਼ਾਰੀ ਗੱਲ ਨੁਕਸਾਨ ਹੀ ਕਰੇਗੀ, ਆਜ਼ਮਾ ਉੱਥੇ ਆ ਕੇ ਖਰਾਬ ਹੋਏਗਾ, ਲੋਕ ਜਿਹੜੇ ਰੋਣਾ ਰੋਣੇ ਨੇ, ਆਜ਼ਮਾ ਖਰਾਬ, ਆਜ਼ਮਾ ਖਰਾਬ, ਆਜ਼ਮਾ ਖਰਾਬ, ਕਬੂਤਰ ਆਜ਼ਮਾ ਨਹੀਂ ਚਲਾ ਰਹੇ, ਸਭ ਤੋਂ ਮੇਨ ਰੀਜ਼ਨ ਹੈ ਕਿ ਅਸੀਂ ਕਬੂਤਰ ਨਹੀਂ ਤਬੀਅਤ ਦੇ ਮੁਤਾਬਿਕ ਉਸਨੂੰ ਖੁਰਾਕ ਨਹੀਂ ਦੇ ਰਹੇ, ਜਾਂ ਘੱਟ ਦੇ ਰਹੇ ਜਾਂ ਵੱਧ ਦੇ ਰਹੇ,
ਠੀਕ ਹੈ ਵੱਧ ਦੇ ਰਹੇ ਹਾਂ ਮੈਜੋਰਟੀ ਲੋਕ ਸਭਾ ਦੀ ਦਸ ਦਸ ਬੋਲੀਆਂ ਦੇਈ ਜਾ ਰਹੇ ਗਲਤ ਤਰੀਕਾ ਛੋਟੀ ਛੋਟੀ ਗੋਲੀਆਂ ਕਰਕੇ ਖਿਲਾਓ ਜਿਤਨੇ ਕਬੂਤਰ ਨਿਕਲ ਲਵੇ ਉਤਨੀ ਖਾਏ ਸਹੀ ਹੋ ਗਿਆ ਅਗਰ ਤੁਸੀਂ ਬੇਸ਼ੱਕ ਉਸਨੇ ਅੰਦਰ ਥੋੜੇ ਜਿਹੇ ਭੋਰੇ ਐਡ ਕਰਨਾ ਚਾਹੋ ਖੁਰਾਕ ਨੇ ਅੰਦਰ ਠੀਕ ਹੈ ਅੱਸੂ ਨੇ ਅੰਦਰ ਅਸੀਂ ਅਮੂਮਨ ਐਡ ਕਰਨੇ ਗਰਮੀਆਂ ਨੇ ਥੋੜ੍ਹੀ ਸਾਡੀ ਕਬੂਤਰਬਾਜ਼ੀ ਡਿਫਰੈਂਟ ਹੈ ਅੱਸੂ ਨੇ ਡਿਫਰੈਂਟ ਹੈ ਸਹੀ ਅਤੇ ਉਸ ਅੰਦਰ ਥੋੜ੍ਹੇ ਤੁਸੀਂ ਭੋਰੇ ਬੇਸ਼ੱਕ ਨਾ ਖੁਰਾਕ ਜਿਹੜੀ ਤਿਆਰ ਕਰ ਲਈ ਤੁਸੀਂ ਥੋੜ੍ਹੇ ਮਿਕਸ ਕਰਕੇ ਦੇਸੀ ਘਿਓ ਜਾਂ ਥੋੜ੍ਹੇ ਮਾਮੂਲੀ ਭੋਰੇ ਤੇਲ ਤੁਸੀਂ ਦੱਸਿਆ ਸੀ ਉਹ ਲਗਾਤਾਰ ਦੇਣਾ ਇਸ ਤੋਂ ਜਾਂ ਛੋੜ ਦੇਣਾ ਜਿਸ ਵੇਲੇ ਕਬੂਤਰ ਫਿਰ ਤਾਂ ਉਡਾਈ ਨਹੀਂ ਸ਼ੁਰੂ ਕਰ ਦੇਣਾ ਫਿਰ ਉਹ ਤੇਲ ਰੋਕ ਫਿਰ ਤੇ ਉਹ ਨਹੀਂ ਦੇਣਾ ਨਾ ਕਿਉਂਕਿ ਅੱਛਾ ਠੀਕ ਹੈ ਜਿਸ ਵੇਲੇ ਤੁਹਾਡੇ ਕੱਪ ਸ਼ਪ ਮੁੱਕ ਜਾਣ ਫ੍ਰੀ ਹੋ ਜਾਓ ਫਿਰ ਤੁਸੀਂ ਦੁਬਾਰਾ ਇਸ ਤਰ੍ਹਾਂ ਭੋ ਰਹੇ ਜਿਸ ਨੇ ਪੂਰੇ ਸਾਲ ਦੀ ਰੂਟੀਨ ਉਸ ਨੂੰ ਦੁਬਾਰਾ ਕੈਰੀ ਕਰ ਅੱਛਾ ਠੀਕ ਹੈ ਉਹ ਤਾਂ ਬਹੁਤ ਅੱਛੀ ਚੀਜ਼ ਹੈ ਇਨਸ਼ਾਅੱਲਾ ਜਿਹੜਾ ਜਿਹੜਾ ਉਹ ਇਨਸ਼ਾਅੱਲਾ ਮੇਰੇ ਦੋਸਤ ਭਰਾ ਬਹੁਤ ਸਾਰੇ ਕਰਨੇ ਵੀ ਹੋਣਗੇ ਕੰਮ ਜਿਹੜੇ ਨਹੀਂ ਵੀ ਕਰ ਰਹੇ ਉਹ ਵੀ ਕਰ ਸਕਣ ਅਤੇ ਉਹ ਬਹੁਤ ਅੱਛਾ ਉਹਨਾਂ ਨੂੰ ਅੱਛਾ ਮਜ਼ਾ ਆ ਸੀ ਕਬੂਤਰਬਾਜ਼ੀ ਸਹੀ ਹੋ ਗਿਆ